ਕਿ 10 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਚੰਡੀਗੜ੍ਹ ਦੀ ਪੁਲਿਸ ਨੇ ਇਕੱਠੀ ਕਿਵੇਂ ਕੀਤੀ ਹੈ। ਕਈ ਚਲਾਨ ਕੱਟੇ ਗਏ ਨੇ, ਵਹੀਕਲ ਇੰਪਾਊਂਡ ਕੀਤੇ ਗਏ ਨੇ, ਚਲਾਨ ਓਵਰ ਸਪੀਡਿੰਗ ਦੇ ਚੱਲਦਿਆਂ ਕੱਟੇ ਗਏ ਨੇ ਜਾਂ ਹੋਰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਦੇ ਚੱਲਦਿਆਂ ਕੱਟੇ ਗਏ ਨੇ, ਪਰ ਇੰਨੀ ਵੱਡੀ ਰਾਸ਼ੀ ਇਕੱਠੀ ਕਰਨਾ, ਇੰਨੇ ਜ਼ਿਆਦਾ ਚਲਾਨ ਕੱਟਣਾ ਆਪਣੇ ਆਪ ਦੇ ਵਿੱਚ ਇੱਕ ਵੱਡਾ ਅੰਕੜਾ। ਤਾਂ ਬਿਲਕੁਲ, ਜੇਕਰ ਤੁਸੀਂ ਰਾਜਧਾਨੀ ਦੇ ਵਿੱਚ ਵਾਹਨ ਲੈ ਕੇ ਜਾਓਗੇ, ਕੋਈ ਵਾਇਲੇਸ਼ਨ ਕਰਦੇ ਹੋ ਤਾਂ ਸੋਚ ਸਮਝ ਕੇ ਜਾਇਓ, ਨਹੀਂ ਤੁਹਾਡਾ ਵੀ ਇਸੇ ਫਹਿਰਿਸਤ ਵਿੱਚ ਨਾਮ ਆ ਸਕਦਾ ਹੈ। ਤੇ ਰਿਕਾਰਡ ਤੋੜ ਚਲਾਨ ਹੋਏ ਨੇ, ਕੁੱਲ ਚਲਾਨ 9,26,000 ਤੋਂ ਵੱਧ ਹੋਏ ਨੇ। ਚਲਾਨ ਦੀ ਜਿਹੜੀ ਰਾਸ਼ੀ ਹੈ 10 ਕਰੋੜ ਤੋਂ ਵੱਧ ਦੀ ਹੈ। ਇੰਪਾਊਂਡ ਵਾਹਨ 9,398 ਦੇ ਕਰੀਬ ਨੇ, ਜੋ ਲਾਇਸੈਂਸ ਰੱਦ ਕੀਤੇ ਗਏ ਨੇ 1700 ਦੇ ਕਰੀਬ ਨੇ। ਸੀਸੀਟੀਵੀ ਦੇ ਰਾਹੀਂ ਜੋ ਚਲਾਨ ਕੱਟੇ ਗਏ ਨੇ, ਬਿਲਕੁਲ ਉਹਨਾਂ ਦੀ ਗਿਣਤੀ ਹੈ। ਰੈੱਡ ਲਾਈਟ ਕਰੋਸਿੰਗ ਦੀ ਗਿਣਤੀ ਵੀ ਕਾਫੀ ਜ਼ਿਆਦਾ, ਓਵਰ ਸਪੀਡਿੰਗ ਦੀ ਵੀ 2 ਲੱਖ ਦੇ ਕਰੀਬ ਹੈ। ਬਿਲਕੁਲ ਰੋਹਿਤ, ਸਵਾਲ ਹੁਣ ਇਹ ਹੈ ਕਿ ਦੇਖੋ ਪੰਜਾਬ ਦੇ ਵਿੱਚ ਵੀ ਹਾਲਾਂਕਿ ਵੱਡੀ ਗਿਣਤੀ 'ਚ ਚਲਾਨਾਂ ਦੀ ਭਰਮਾਰ ਹੁੰਦੀ ਹੈ, ਉਹ ਵੱਖਰੀ ਗੱਲ ਹੈ ਕਿ ਜਨਵਰੀ ਫਰਵਰੀ ਮਾਰਚ 'ਚ ਪੰਜਾਬ ਪੁਲਿਸ ਮੋੜਾਂ 'ਤੇ ਖੜੀ ਹੁੰਦੀ ਹੈ, ਜਿਵੇਂ ਕੋਈ ਸਾਲ ਕੋਈ ਸੈਸ਼ਨ ਪੂਰਾ ਹੁੰਦਾ ਨਾ ਇਸ ਤਰੀਕੇ ਨਾਲ। ਚੰਡੀਗੜ੍ਹ ਵਾਲੀ ਸਖਤੀ ਪੰਜਾਬ 'ਚ ਲਾਗੂ ਹੋਣ ਨੂੰ ਕਿੰਨੇ ਕੁ ਸਾਲ ਹੋਰ ਲੱਗ ਸਕਦੇ ਆ, ਕਿਉਂਕਿ ਸੜਕ ਸੁਰੱਖਿਆ ਫੋਰਸ ਤੋਂ ਲੈ ਕੇ ਪੰਜਾਬ ਦੀ ਟ੍ਰੈਫਿਕ ਪੁਲਿਸ ਬੜੀ ਪੱਬਾਂ ਪਾਰ ਹੋਏਗੀ। ਬੇਹੱਦ ਮਹੱਤਵਪੂਰਨ ਨੇ ਕਿ ਤੁਸੀਂ ਜ਼ੀਰਕਪੁਰ ਲੰਘੇ ਨਹੀਂ, ਤੁਹਾਡੀ ਸੀਟ ਬੈਲਟ ਆਪਣੇ ਆਪ ਹੀ ਲੱਗ ਜਾਂਦੀ ਹੈ, ਦੱਸਣ ਦੀ ਲੋੜ ਨਹੀਂ ਪੈਂਦੀ ਕਿ ਇਹ ਰੂਲ ਦੇ ਵਿੱਚ ਆਉਂਦੀ ਹੈ, ਔਰ ਉਸ ਤੋਂ ਬਾਅਦ ਤੁਸੀਂ ਚੰਡੀਗੜ੍ਹ ਤੋਂ ਨਿਕਲਦੇ ਨੀਗੇ ਤੇ ਸੀਟ ਬੈਲਟ ਆਪਣੇ ਆਪ ਹੀ ਉਤਰ ਜਾਂਦੀ ਹੈ, ਇਹ ਵੀ ਚੀਜ਼ ਦੱਸਣ ਦੀ ਲੋੜ ਨਹੀਂ ਪੈਂਦੀ। ਕਾਰਨ 2 ਨੇ ਕਿ ਪੰਜਾਬ ਪੁਲਿਸ ਦੇ ਵਿੱਚ ਖਾਸ ਤੌਰ ਤੇ ਰਾਜਨੀਤੀਕਰਨ ਬਹੁਤ ਹੈਗਾ, ਤੁਹਾਨੂੰ ਕਿਸੇ ਨੇ ਹੱਥ ਦਿੱਤਾ ਨਹੀਂ ਤੇ ਤੁਸੀਂ ਸਿੱਧਾ MLA ਚੇਅਰਮੈਨ ਜਾਂ ਤੁਹਾਡੇ ਨਾਲ ਦੇ ਕਿਸੇ ਕਹਿ ਲਈਏ ਕਿ ਮੰਤਰੀ ਸੰਤਰੀ ਨੂੰ ਫੋਨ ਤੁਸੀਂ ਨਾਲ ਦੀ ਨਾਲ ਲਗਾ ਦਿੰਦੇ ਹੋ ਕਿ ਪਹਿਲਾਂ ਗੱਲ ਕਰੋ, ਉਸ ਤੋਂ ਬਾਅਦ ਗੱਲ ਕਰਾਂਗੇ। ਕਦੇ ਵੀ ਜਦੋਂ ਟ੍ਰੈਫਿਕ ਪੁਲਿਸ ਵੱਲੋਂ ਰੋਕਿਆ ਜਾਂਦਾ ਹੈਗਾ ਤਾਂ ਰਾਜਨੀਤੀ ਜਿਹੜਾ ਇੱਕ ਦਬਾਅ ਹੈਗਾ ਉਹ ਪੁਲਿਸ ਦੇ ਉੱਪਰ ਹਮੇਸ਼ਾ ਰਹਿੰਦਾ ਹੈਗਾ, ਸਰਕਾਰ ਚਾਹੇ ਜਿਸ ਦੀ ਮਰਜ਼ੀ ਹੋਵੇ, ਚਲਾਨ ਇਸੇ ਵਜ੍ਹਾ ਕਰਕੇ ਨਹੀਂ ਕੱਟੇ ਜਾ ਰਹੇ। ਦੂਸਰੀ ਚੀਜ਼ ਹੈ ਕਿ ਚੰਡੀਗੜ੍ਹ ਦੇ ਵਿੱਚ CCTV ਦੇ ਜ਼ਰੀਏ ਜੇਕਰ ਤੁਸੀਂ ਕੁੱਲ ਚਲਾਨ 'ਤੇ ਵੀ ਨਜ਼ਰ ਮਾਰੋਗੇ ਤਾਂ 9,26,000 ਦੇ ਵਿੱਚੋਂ 7,95,000 ਲਗਭਗ ਕਹਿ ਲਈਏ, ਤਾਂ ਜੇਕਰ 9,25,000 ਦੇ ਵਿੱਚੋਂ ਲਗਭਗ 8 ਲੱਖ ਚਲਾਨ ਨੇ ਜਿਹੜੇ ਉਹ ਸਿੱਧੇ ਤੌਰ 'ਤੇ CCTV ਨੇ ਕੱਟੇ ਨੇਗੇ। ਚੰਡੀਗੜ੍ਹ ਦੇ ਵਿੱਚ ਇੱਕ ਚੀਜ਼ ਖਾਸ ਕੀ ਹੈ, ਪੰਜਾਬ ਦੇ ਵਿੱਚ ਕੀ ਹੁੰਦਾ, ਪਹਿਲੇ ਮੋੜ 'ਤੇ ਮੰਨ ਲਓ ਤੁਹਾਡਾ ਚਲਾਨ ਕੱਟ ਦਿੱਤਾ, ਕਿੱਥੇ ਲੱਗਦੇ ਰੋਹਿਤ ਕਿ ਪੰਜਾਬ ਦੇ ਵਿੱਚ ਕਮੀ ਇੱਥੇ ਹੈ ਜਾਂ ਇੰਪਲੀਮੈਂਟੇਸ਼ਨ ਰੂਲਸ ਐਂਡ ਰੈਗੂਲੇਸ਼ਨਸ ਤਾਂ ਨਹੀਂ ਹੋ ਰਿਹਾ, ਜਾਂ ਫਿਰ ਟ੍ਰੈਫਿਕ ਜੋ ਡਿਪਾਰਟਮੈਂਟ ਹੈ ਉਹਨਾਂ ਦੇ ਵੱਲੋਂ ਇੰਪਲੀਮੈਂਟੇਸ਼ਨ ਨਹੀਂ ਕਰਵਾਇਆ ਜਾ ਰਿਹਾ ਸਹੀ ਤਰੀਕੇ ਦੇ ਨਾਲ? ਸਿੱਧੇ ਤੌਰ 'ਤੇ ਇਹੀ ਕਿਹਾ ਜਾ ਸਕਦਾ ਕਿ ਜਿਹੜੇ ਰੂਲ ਰੈਗੂਲੇਸ਼ਨ ਨੇ ਉਹ ਸਿੱਧੇ ਤੌਰ 'ਤੇ ਇੰਪਲੀਮੈਂਟ ਨੇ, ਜਿਹੜੇ ਟ੍ਰੈਫਿਕ ਨੂੰ ਲੈ ਕੇ ਖਾਸ ਤੌਰ 'ਤੇ ਮੈਂ ਕਹਾਂਗਾ ਉਹ ਨਹੀਂ ਕਰਵਾਇਆ ਜਾ ਰਹੇ, ਕਿਉਂਕਿ ਸਰਕਾਰ ਵੀ ਹੁੰਦੀ ਹੈ ਕਿ ਜਦੋਂ ਬਹੁਤ ਜ਼ਿਆਦਾ ਸਖਤੀ ਕਰ ਦਿੱਤੀ ਜਾਵੇ ਲੋਕ ਨਾਰਾਜ਼ ਨਾ ਹੋਣ, ਵੋਟਾਂ ਵਾਰ ਵਾਰ ਆਉਂਦੀਆਂ ਰਹਿੰਦੀਆਂ ਨੇ। ਦੂਸਰੀ ਗੱਲ ਹੈ ਪੰਜਾਬ ਦੇ ਤੁਹਾਨੂੰ ਹਰ ਮੀਟਰ ਕਿਲੋਮੀਟਰ 3 ਕਿਲੋਮੀਟਰ ਦੇ ਏਰੀਏ 'ਚ ਕੋਈ ਚੇਅਰਮੈਨ ਮਿਲ ਜਾਏਗਾ, ਕੋਈ MLA ਮਿਲ ਜਾਏਗਾ, ਕੋਈ ਸਰਪੰਚ ਮਿਲ ਜਾਏਗਾ, ਪਰ ਜੇਕਰ ਚੰਡੀਗੜ੍ਹ 'ਤੇ ਨਜ਼ਰ ਮਾਰੋਗੇ ਤਾਂ ਕੇਵਲ ਇੱਕ ਪਾਵਰ ਤੁਹਾਨੂੰ ਨਜ਼ਰ ਆਏਗੀ, ਉਹ ਹੈਗੀ ਪਾਵਰ ਜਾਂ ਤਾਂ MC ਦੀ ਹੈ, MC ਦੇ ਇੱਕ ਵਾਰਡ ਤੱਕ ਦੀ ਹੈ, ਔਰ ਉਹਦੇ ਤੋਂ ਉੱਤੇ ਸਿੱਧਾ MP ਦੀ ਪਾਵਰ ਹੈ ਜਿਹੜੀ ਸ਼ਾਇਦ ਕੋਈ ਉੱਥੋਂ ਤੱਕ ਪਹੁੰਚ ਨਹੀਂ ਕਰ ਸਕਦਾ। ਇਹੀ ਇੱਕ ਵੱਡਾ ਕਾਰਨ ਹੈ ਕਿ ਚੰਡੀਗੜ੍ਹ ਪੁਲਿਸ 'ਤੇ UT ਹੋਣ ਕਾਰਨ ਕੋਈ ਰਾਜਨੀਤਿਕ ਦਬਾਅ ਉਸ ਚੀਜ਼ ਦਾ ਕੇਂਦਰ ਦਾ ਵੀ ਨਹੀਂ ਰਹਿ ਪਾਉਂਦਾ ਕਿ ਉਹ ਚਲਾਨਾਂ ਨੂੰ ਲੈ ਕੇ ਕਿਸੇ ਨੂੰ ਫੋਨ ਕਰ ਦੇਗੇ ਭਾਈ ਇਹਦਾ ਚਲਾਨ ਨਾ ਕੱਟੋ, ਪਰ ਪੰਜਾਬ ਦੇ ਵਿੱਚ ਤੁਸੀਂ ਰੋਕਿਆ ਨਹੀਂ ਤੇ ਕੰਨ ਨੂੰ ਫੋਨ ਲੱਗਿਆ ਨਹੀਂ। ਸ਼ੁਕਰੀਆ ਤੁਹਾਡਾ ਤਮਾਮ ਜਾਣਕਾਰੀ ਸਾਡੇ ਨਾਲ ਸਾਂਝੀ ਕਰਨ ਲਈ।